ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਅੱਜ ਜੀ ਅੱਜ ਕੀ ਸੀਗਾ ਜੀ? ਅੱਜ ਚਿੜੀ ਉਡਾਈ ਗਈ ਹੈ। ਅੱਜ ਸਾਡੇ ਇੱਥੇ ਪੱਖੀ ਸੇਵਾ ਸਿਆੜੀ ਰੱਖ ਬਾਗ ਦੇ ਵਿੱਚ ਇੱਕ ਚਿੜੀ ਦਾ ਬੱਚਾ ਨਿੱਕਾ ਜਿਹਾ ਸੀ, 2-3 ਦਿਨ ਦਾ, ਇੱਥੇ ਆਇਆ ਸੀਗਾ ਅਤੇ ਪੱਖੀ ਸੇਵਾ ਸਿਆੜੀ ਵੱਲੋਂ ਅਸੀਂ ਉਹਦੀ ਦੇਖ ਰੇਖ ਕੀਤੀ ਗਈ, ਉਹਦਾ ਪਾਲਣ ਪੋਸ਼ਣ ਕੀਤਾ ਗਿਆ। ਸਾਡੇ ਡਾਕਟਰ ਸਾਹਿਬ ਨੇ, ਵਿਸ਼ਾਲ ਜੀ ਨੇ ਬੜੀ ਮਿਹਨਤ ਕੀਤੀ, ਸਾਰੀ ਟੀਮ ਨੇ ਬੜੀ ਮਿਹਨਤ ਕੀਤੀ। ਉਹ ਅੱਜ ਮਤਲਬ ਕਿ ਭਗਵਾਨ ਦੀ ਕਿਰਪਾ ਨਾਲ ਪੂਰਨ ਯੋਗ ਹੋ ਗਈ ਆ। ਅੱਜ ਸਾਡੇ ਪੱਖੀ ਸੇਵਾ ਸਿਆੜੀ ਚੇਅਰਮੈਨ ਜੀ ਦਰਸ਼ਨ ਲਾਲ ਜੀ ਲੱਡੂ, ਸਾਡੇ ਚੁੱਪ ਸਾਹਿਬ, ਸਾਡੇ ਗੋਗਨਾ ਜੀ, ਸਾਡੇ ਹਾਈਵੇ ਸ਼ਾਹੀ ਦੇ ਮਾਲਕ, ਸਾਡੇ ਬਜਾਜ ਸਾਹਿਬ ਪੰਡਿਤ ਜੀ, ਸਾਰਿਆਂ ਨੇ ਰਲ ਮਿਲ ਕੇ ਅਸੀਂ ਉਹ ਚਿੜੀ ਨੂੰ ਅੱਜ ਉੱਤੇ ਜ਼ਿੰਦਗੀ 'ਚ ਉੜਨ ਲਈ ਆਜ਼ਾਦ ਕਰਾਇਆ ਵਾ। ਔਰ ਖੂਬ ਆਪਣਾ ਉੜ ਕੇ ਅੱਜ ਮੌਸਮ ਵੀ ਬਹੁਤ ਵਧੀਆ ਹੈਗਾ ਵਾ, ਅੱਜ ਇੱਥੇ ਚਿੜੀ ਉੜੀ ਹੈ, ਆਜ਼ਾਦ ਹੋਈ ਹੈ ਅਤੇ ਖੂਬ ਸਾਨੂੰ ਆਸ਼ੀਰਵਾਦ ਦੇ ਗਈ ਔਰ ਆਨੰਦ ਮਨਾ ਰਹੀ ਹੈ। ਸਾਨੂੰ ਵੀ ਅੱਜ ਜੋ ਚਿੜੀ ਉਡਾਈ ਹੈ, ਇੱਦਾਂ ਲੱਗਦਾ ਵੀ ਰੱਬ ਨੇ ਸਾਨੂੰ ਵੀ ਪਰ ਲਗਾ 'ਤੇ ਹੈਗੇ ਆ, ਅਸੀਂ ਵੀ ਉੜ ਰਹੇ ਹੈਗੇ ਹਾਂ। ਪਰਮਾਤਮਾ ਸਾਡੇ ਕੋਲ ਇੱਧਰ ਸ਼ੁਭ ਕੰਮ ਕਰਾਉਂਦਾ ਰਹੇ ਔਰ ਆਪਣਾ ਸਾਡੇ ਸਾਰਿਆਂ ਉੱਤੇ ਆਸ਼ੀਰਵਾਦ ਬਣਾ ਕੇ ਰੱਖੇ। ਅੱਜ ਪੱਖੀ ਸੇਵਾ ਸੁਸਾਇਟੀ ਜਿਹੜਾ ਕਿ ਲਗਾਤਾਰ ਪਿਛਲੇ ਸਮੇਂ ਤੋਂ ਇਲਾਜ ਕੀਤਾ ਚਿੜੀ ਦਾ, ਇਹ ਛੋਟੀ ਜਿਹੀ ਆਈ ਸੀ, ਲਿਆਂਦੀ ਸੀਗੀ ਜਿਹੜੀ ਕਿ ਉੱਡਣ ਦੇ ਕਾਬਲ ਨਹੀਂ ਸੀ ਰਹੀ, ਅਤੇ ਡਾਕਟਰ ਸਾਹਿਬ ਨੇ ਅਤੇ ਪੱਖੀ ਸੇਵਾ ਟੀਮ ਨੇ ਪੂਰਾ ਉਹਦਾ ਇਲਾਜ ਕੀਤਾ ਅਤੇ ਅੱਜ ਇੰਨਾ ਕੁ ਸਕੂਨ ਮਿਲਿਆ ਕਿ ਜਿਵੇਂ ਕਿ ਅਸੀਂ ਕਿਸੇ ਵੀ ਆਦਮੀ ਦੀ ਜਾਨ ਬਚਾਈ ਹੈ, ਉਹਦੇ ਨਾਲ ਵੱਧ ਸਕੂਨ ਮਿਲ ਰਿਹਾ। ਇਹਦਾ ਸਾਰਿਆਂ ਨੂੰ ਆਸ਼ੀਰਵਾਦ ਇੰਨਾ ਕੁ ਮਿਲਿਆ ਅਤੇ ਮਿਲੇਗਾ ਵੀ, ਇਹਦਾ ਇੰਨਾ ਸਾਨੂੰ ਸਕੂਨ ਸਾਰਿਆਂ ਨੂੰ ਸਾਰੀ ਟੀਮ ਨੂੰ ਮਿਲੇ, ਜਿਹਦਾ ਕਿ ਇਹ ਸਾਰਾ ਪੱਖੀ ਸੇਵਾ ਸੁਸਾਇਟੀ ਨੂੰ ਆਸ਼ੀਰਵਾਦ। ਪੱਖੀ ਸੇਵਾ ਦੇ ਬੇਜਵਾਨ ਚਿੜੀ ਦਾ ਇੱਕ ਇਲਾਜ ਕਰਾ ਕੇ ਆਪਣੇ ਪਰਿਵਾਰ ਦੇ ਵਿੱਚ ਮਿਲਣ ਗਈ ਹੈ ਔਰ ਬੇਜਵਾਨ ਪੱਖੀ ਦੀ ਜਿਹੜੀ ਸੇਵਾ ਕੀਤੀ ਹੈ, ਜਿਹੜਾ ਇਹਨਾਂ ਨੇ ਇਲਾਜ ਕੀਤਾ, ਅਜੇ ਆਪਣਾ ਖਾਧੇ ਹੋਏ ਦਾ ਇੰਨਾ ਸਕੂਨ ਨਹੀਂ ਹੁੰਦਾ ਜਿੰਨਾ ਉਸਦਾ ਇਲਾਜ ਕਰਕੇ, ਉਹਨੂੰ ਪਰਵਰਿਸ਼ ਕਰਕੇ ਆਪਣੇ ਆਪ ਦੇ ਭਿੱਤਰ 'ਚ ਕਿੰਨੀਆਂ ਖੁਸ਼ੀਆਂ ਹੋ ਰਹੀਆਂ। ਜੇਕਰ ਸਾਨੂੰ ਐਸਾ ਅਨੁਭਵ ਹੋ ਰਿਹਾ ਤਾਂ ਮੇਰਾ ਪਰਮਾਤਮਾ ਕੀ ਨਹੀਂ ਕੁਛ ਕਰੇਗਾ ਤੁਹਾਡੇ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।